ਸਤਿ ਸ਼੍ਰੀ ਅਕਾਲ ਨਮਸਕਾਰ ਸਵਾਗਤ ਹੈ ਤੁਹਾਡਾ ਮੇਰੇ ਆਪਣੇ ਚੈਨਲ ਏ ਬੀ ਕਿੰਗ ਡੇਂਜਰ ਰੈਕਟਸ 'ਤੇ ਸੋ ਇੱਕ ਹੋਰ ਵੀਡੀਓ ਲੈ ਕੇ ਹਾਜ਼ਰ ਹਾਂ ਸੋ ਮਿਊਜ਼ਿਕ ਦੇ ਰਿਲੇਟਡ ਅਤੇ ਗੱਲ ਕਰਦੇ ਹਾਂ ਅੱਜ ਟ੍ਰੈਂਡਿੰਗ ਸੌਂਗਸ ਦੀ ਸੋ ਪੰਜਾਬੀ ਵਿੱਚ ਜਿਹੜੇ ਟ੍ਰੈਂਡਿੰਗ 'ਤੇ ਚੱਲ ਰਹੇ ਨੇ ਸੌਂਗ ਪੰਜਾਬੀ ਸੌਂਗ ਉਹ ਕਿਹੜੇ ਕਿਹੜੇ ਸਿੰਗਰ ਦੇ ਨੇ ਸੋ ਜਿਹੜੇ ਮੈਨੂੰ ਦਿਖ ਰਹੇ ਨੇ ਸੋ ਮੈਂ ਤੁਹਾਡੇ ਨਾਲ ਇਸ ਵੇਲੇ ਸ਼ੇਅਰ ਕਰਨਾ ਚਾਹੁੰਦਾ ਸੋ ਛੋਟੀ ਜਿਹੀ ਵੀਡੀਓ ਜੀ ਮੈਂ ਕਿਹਾ ਕਿਉਂ ਨਾ ਤੁਹਾਡੇ ਨਾਲ ਆਪਾਂ ਸ਼ੇਅਰ ਕਰੀਏ ਕਿ ਕਿਹੜੇ ਕਿਹੜੇ ਪੰਜਾਬੀ ਸਿੰਗਰ ਜਿਹੜੇ ਇਸ ਵੇਲੇ ਟੌਪ 'ਤੇ ਟ੍ਰੈਂਡਿੰਗ 'ਚ ਚੱਲ ਰਹੇ ਨੇ ਸੋ ਉਹਨਾਂ ਦੇ ਗਾਣਿਆਂ ਦੇ ਨਾਂ ਵੀ ਆਪਾਂ ਜਲਦੀ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ ਸੋ ਦੇਖਦੇ ਹਾਂ ਜੀ ਅਸੀਂ ਮਾਈ ਪ੍ਰਾਈਮ ਸੌਂਗ ਹੈਗਾ ਜੀ ਨਵਾਨ ਸੰਧੂ ਦਾ ਸੋ ਇਸ ਗਾਣੇ ਦੇ ਕੋਈ ਜਿਹੜੇ ਟੋਟਲ ਜਿਹੜੇ ਇਹਦੇ ਵਿਊਜ਼ ਹੈਗੇ ਆ 3 ਮਿਲੀਅਨ ਵਿਊਜ਼ ਕ੍ਰੋਸ ਕਰ ਚੁੱਕਾ ਗਾਣਾ ਅਤੇ 5 ਕੁ ਦਿਨ ਹੋ ਗਿਆ ਇਹਨੂੰ ਯੂਟਿਊਬ ਦੇ ਉੱਤੇ ਰਿਲੀਜ਼ ਹੋਏ ਨੂੰ ਸੋ ਇਸ ਤੋਂ ਬਾਅਦ ਜਿਹੜਾ 5ਵੇਂ ਨੰਬਰ 'ਤੇ ਗਾਣਾ ਚੱਲ ਰਿਹਾ ਜੀ ਉਹ ਹੈਗਾ ਜੀ ਆਰਨੇਟ ਦਾ ਸੌਂਗ ਹੋਮਲੈਸ ਸੋ ਇਸ ਗਾਣੇ ਨੂੰ ਵੀ ਕੋਈ 2 ਵੀਕਸ ਹੋ ਗਏ ਨੇ ਰਿਲੀਜ਼ ਹੋਏ ਯੂਟਿਊਬ ਦੇ ਉੱਤੇ ਔਰ 5.6 ਮਿਲੀਅਨ ਵਿਊਜ਼ ਇਹ ਜਿਹੜਾ ਕ੍ਰੋਸ ਕਰ ਚੁੱਕਾ ਜੀ ਯੂਟਿਊਬ ਦੇ ਉੱਤੇ ਸੋ ਇਹੀ ਗਾਣੇ ਨੂੰ ਕਾਫੀ ਜ਼ਿਆਦਾ ਰਿਸਪੋਂਸ ਮਿਲਿਆ ਜੀ ਕਾਫੀ ਵਧੀਆ ਸੌਂਗ ਹੈਗਾ ਇਹ ਬਹੁਤ ਵਧੀਆ ਗਾਣਾ ਗਾਇਆ ਹੋਇਆ ਆਰਨੇਟ ਦਾ ਹੈ ਸੋ ਅਗਲੇ ਗਾਣੇ ਦੇ ਬਾਰੇ ਦੱਸਣ ਤੋਂ ਪਹਿਲਾਂ ਮੈਂ ਤੁਹਾਨੂੰ ਇੱਕ ਰਿਕੁਐਸਟ ਕਰਨਾ ਚਾਹਾਂਗਾ ਕਿ ਜਿੰਨੇ ਹਜੇ ਤੱਕ ਮੇਰਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਯਾਰ ਆਪਾਂ ਵਧੀਆ ਵਧੀਆ ਵੀਡੀਓਜ਼ ਲੈ ਕੇ ਆਉਣੀਆਂ ਅੱਗੇ ਅੱਗੇ ਲਗਾਤਾਰ ਤੁਹਾਡੇ ਵਾਸਤੇ ਸੋ ਜ਼ਰੂਰ ਸਬਸਕ੍ਰਾਈਬ ਕਰੋ ਸੋ ਅਗਲੇ ਗਾਣੇ 'ਤੇ ਆਪਾਂ ਚੱਲਦੇ ਹੈਗੇ ਹਾਂ ਅਗਲਾ ਗਾਣਾ ਜੀ ਆਪਣੀ ਫੇਵਰੇਟ ਜਿਹਦੇ ਬਾਰੇ ਮੈਂ ਹਮੇਸ਼ਾ ਕਹਿੰਦਾ ਉਹ ਹੈਗੀ ਜੈਸਮੀਨ ਸੈਂਡਲਸ ਉਹਦਾ ਗਾਣਾ ਉਹਨੂੰ ਕਹਿ ਸਕਦੇ ਅਸੀਂ 4 ਨੰਬਰ 'ਤੇ ਟ੍ਰੈਂਡ ਕਰ ਰਿਹਾ ਜੀ ਸੋ ਉਹਦਾ ਗਾਣਾ ਜਿਹੜਾ ਮੇਰਾ ਐਕਸ ਆਇਆ ਨਵਾਂ ਗਾਣਾ 5 ਦਿਨ ਹੋ ਗਏ ਗਾਣੇ ਨੂੰ ਰਿਲੀਜ਼ ਹੋਏ ਯੂਟਿਊਬ ਦੇ ਉੱਤੇ ਸੋ ਯੂਟਿਊਬ ਦੇ ਉੱਤੇ ਇਹ 4 ਨੰਬਰ 'ਤੇ ਗਾਣਾ ਚੱਲ ਰਿਹਾ ਜੀ ਅਤੇ 2.3 ਮਿਲੀਅਨ ਵਿਊਜ਼ ਕ੍ਰੋਸ ਕਰ ਗਿਆ ਬਹੁਤ ਵਧੀਆ ਸੌਂਗ ਮੈਨੂੰ ਬਹੁਤ ਵਧੀਆ ਲੱਗੀ ਵੀਡੀਓ ਸੋ ਪਰਫੋਰਮੈਂਸ ਸੋ ਆਪਾਂ ਅਗਲੇ ਗਾਣੇ ਦੇ ਉੱਤੇ ਚੱਲਦੇ ਹਾਂ ਪੰਜਾਬੀ ਗਾਣਾ ਜਿਹੜਾ ਜੋਰਡਨ ਸੰਧੂ ਦਾ ਚੱਲ ਰਿਹਾ ਜੀ ਜੋਰਡਨ ਸੰਧੂ ਦਾ ਗਾਣਾ ਤਰੀਫਾਂ ਸੋ ਤਰੀਫਾਂ ਗਾਣਾ ਵੀ ਬਹੁਤ ਵਧੀਆ ਯੂਟਿਊਬ ਦੇ ਉੱਤੇ ਹੋ ਗਏ ਨੇ ਫੁੱਲ ਕੋਈ 1 ਵੀਕ ਤੋਂ ਉੱਪਰ ਹੀ ਹੋ ਗਿਆ ਜੀ ਸੋ ਇਸ ਗਾਣੇ ਨੇ ਵੀ ਕਾਫੀ ਇਹਦੇ 5 ਮਿਲੀਅਨ ਵਿਊਜ਼ ਹੋ ਗਏ ਨੇ ਕ੍ਰੋਸ ਕਾਫੀ ਸਰਾਇਆ ਜਾ ਰਿਹਾ ਜੀ ਐਨੇ 'ਤੇ ਚੱਲ ਰਿਹਾ ਜੀ ਉਹਨੂੰ ਅਸੀਂ ਕਹਿ ਸਕੀਏ ਜੀ 3ਰੇ ਨੰਬਰ 'ਤੇ ਚੱਲ ਰਿਹਾ ਜੀ ਹਾਂਜੀ ਸੋ ਅਗਲੇ ਗਾਣੇ 'ਤੇ ਅਸੀਂ ਚੱਲਦੇ ਹਾਂ ਅਗਲਾ ਗਾਣਾ ਜਿਹੜਾ ਤੁਹਾਨੂੰ ਦੱਸਿਆ ਜੀ ਕਿਆ ਬਾਤ ਹੈ ਜੀ ਅਗਲਾ ਗਾਣਾ ਜਿਹਨੂੰ 2ਨੰਬਰ 'ਤੇ ਅਸੀਂ ਕਹਿ ਸਕਦੇ ਹਾਂ ਜੀ 2ਨੰਬਰ 'ਤੇ ਜਿਹੜਾ ਗਾਣਾ ਚੱਲ ਰਿਹਾ ਜੀ ਆਪਣੇ ਬਾਈ ਯੋ ਹਨੀ ਸਿੰਘ ਮਤਲਬ ਕਿ ਜੋ ਹਨੀ ਸਿੰਘ ਦਾ ਸੋਲ ਸੌਂਗ ਤੁਸੀਂ ਸੁਣੀ ਲਿਆ ਹੋਣਾ ਸਾਰਿਆਂ ਨੇ ਬਹੁਤ ਹੀ ਸੋਹਣਾ ਗੀਤ ਆ ਬਹੁਤ ਹੀ ਵਧੀਆ ਭੈਣ ਮਤਲਬ ਕੁੜੀਆਂ ਵਾਸਤੇ ਇਹ ਗਾਣਾ ਸੀਗਾ ਅਤੇ ਖਾਸ ਕਰਕੇ ਉਹਨਾਂ ਨੂੰ ਇਹ ਪੋਜ਼ਿਟਿਵ ਮਤਲਬ ਕਿ ਪਾਸੇ ਨੂੰ ਤੋਰਦਾ ਹੈਗਾ ਬਹੁਤ ਮਤਲਬ ਕਿ ਵਧੀਆ ਸੌਂਗ ਹੈਗਾ ਇਹਨਾਂ ਨੇ ਬਿਲਕੁਲ ਡਿਫਰੈਂਟ ਸੌਂਗ ਕੀਤਾ ਹੈਗਾ ਅਤੇ ਇਸ ਵੇਲੇ ਇਹ 2ਨੰਬਰ 'ਤੇ ਟ੍ਰੈਂਡਿੰਗ ਕਰ ਰਿਹਾ ਜੀ ਪੰਜਾਬੀ ਗਾਣਿਆਂ ਦੇ ਵਿੱਚ ਸੋ ਇਹਦੇ ਜਿਹੜੇ ਵਿਊਜ਼ ਹੈਗੇ 2.6 ਮਿਲੀਅਨ ਵਿਊਜ਼ ਯੂਟਿਊਬ ਦੇ ਉੱਤੇ ਲੈ ਚੁੱਕਾ ਜੀ ਗਾਣਾ ਕਾਫੀ ਵਧੀਆ ਰਿਸਪੋਂਸ ਰਿਹਾ ਜੋ ਹਨੀ ਸਿੰਘ ਦੇ ਗੀਤਾਂ ਨੂੰ ਤਾਂ ਹਰੇਕ ਵਾਰੀ ਪਿਆਰ ਮਿਲਦਾ ਜੀ ਸੋ ਇਹਨਾਂ ਦੇ ਗਾਣੇ ਨੂੰ ਵੀ 2 ਗੀਤ ਹੋ ਗਏ ਨੇ ਰਿਲੀਜ਼ ਹੋਏ ਯੂਟਿਊਬ ਦੇ ਉੱਤੇ ਸੋ ਅਗਲੇ ਗਾਣੇ ਦੀ ਗੱਲ ਕਰਦੇ ਹਾਂ ਜੀ ਅਸੀਂ ਅਗਲਾ ਗਾਣਾ ਅਸੀਂ ਵਾਓ ਕਿਆ ਬਾਤ ਹੈ ਯਾਰ ਗਾਣਾ ਤਾਂ ਕਦੀ ਕਦੀ ਆਉਂਦਾ ਬਾਈ ਜੀ ਦਾ ਸੋ ਕਹਿੰਦੇ ਨੇ ਹੰਡਿਆ ਵਰਤਿਆ ਸਿੰਗਰ ਸੋ ਦੇਖ ਲਓ ਇਸ ਵੇਲੇ ਟੌਪ 'ਤੇ ਟ੍ਰੈਂਡ ਕਰ ਰਿਹਾ ਜੀ ਗਾਣਾ ਮਤਲਬ ਇਹਨੂੰ ਕਹਿ ਸਕਦੇ ਸੀ ਬੱਬੂ ਮਾਨ ਸੋ ਬੱਬੂ ਮਾਨ ਦਾ ਜਿਹੜਾ ਨਵਾਂ ਗਾਣਾ ਆਇਆ ਸ਼ੌਂਕ ਨਾਲ ਇਸ ਵੇਲੇ ਟੌਪ ਦੇ ਉੱਤੇ ਆ ਜੀ ਇਹਨੂੰ ਗਾਣੇ ਨੂੰ ਵੀ ਕੋਈ 1 ਹਫ਼ਤਾ ਹੋ ਚੱਲਿਆ ਰਿਲੀਜ਼ ਹੋਏ ਸੋ ਇਹਨੂੰ 1.6 ਮਿਲੀਅਨ ਵਿਊਜ਼ ਹੋਏ ਨੇ ਸੋ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਖਾਧੀਆਂ ਖੁਰਾਕਾਂ ਕੰਮ ਆਉਣੀਆਂ ਸੋ ਪੁਰਾਣੀਆਂ ਗੱਲਾਂ ਪੁਰਾਣੀਆਂ ਖੁਰਾਕਾਂ ਉਹ ਪੁਰਾਣੀ ਲਿਖਤ ਅਤੇ ਪੁਰਾਣੀ ਆਵਾਜ਼ ਜਿਹਨੂੰ ਕਹਿ ਸਕਦੇ ਹਾਂ ਅਸੀਂ ਛੋਟੇ ਛੋਟੇ ਹੁੰਦੇ ਸੀਗੇ ਜਦੋਂ ਉਹਨਾਂ ਦੇ ਗਾਣੇ ਆਉਣੇ ਸ਼ੁਰੂ ਹੋਏ ਸੀਗੇ ਇਹ ਸਦਾ ਬਹਾਰ ਸਿੰਗਰ ਨੇ ਜੀ ਜਿਹੜਾ ਵੀ ਇਹਨਾਂ ਦਾ ਅੰਦਾਜ਼ ਆ ਆਪਣਾ ਹੀ ਸਟਾਈਲ ਆ ਗਾਉਣ ਦਾ ਸੋ ਆਪਣਾ ਹੀ ਮਿਊਜ਼ਿਕ ਆਪਣੀ ਲਿਖਤ ਸੋ ਜਿਹੜੇ ਇਹਨਾਂ ਦੇ ਕੱਟੜ ਫੈਨ ਨੇ ਜਿਹਨੂੰ ਕਹਿੰਦੇ ਨੇ ਉਹਨਾਂ ਨੇ ਇਹਨਾਂ ਦਾ ਗਾਣਾ ਟ੍ਰੈਂਡਿੰਗ 'ਚ ਭੇਜਣਾ ਹੀ ਹੁੰਦਾ ਜੀ ਉਹੀ ਗੱਲ ਹੋ ਗਈ ਜੀ ਅਤੇ ਦੇਖ ਲਓ ਟੌਪ 'ਤੇ ਜਾ ਰਿਹਾ ਗਾਣਾ ਬਾਈ ਬੱਬੂ ਮਾਨ ਜੀ ਦਾ ਸ਼ੌਂਕ ਨਾਲ ਸੋ ਬਹੁਤ ਬਹੁਤ ਮੁਬਾਰਕਾਂ ਜੀ ਇਹਨਾਂ ਸਿੰਗਰਾਂ ਨੂੰ ਮੇਰੇ ਵੱਲੋਂ ਸੋ ਜੇ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਜ਼ਰੂਰ ਲਾਈਕ ਸ਼ੇਅਰ ਕਰਿਓ ਜੀ ਛੋਟੀ ਜਿਹੀ ਅਪਡੇਟ ਸੀਗੀ ਇਹ ਤੁਹਾਡੇ ਨਾਲ ਜਿਹੜੀ ਸ਼ੇਅਰ ਕਰਨੀ ਸੀ ਸੋ ਇੱਕ ਵਾਰੀ ਫਿਰ ਤੁਹਾਡਾ ਸਾਰਿਆਂ ਦਾ ਧੰਨਵਾਦ ਜੀ ਮਿਲਦੇ ਹਾਂ ਅਗਲੀ ਵੀਡੀਓ ਦੇ ਵਿੱਚ ਲਵ ਯੂ ਥੈਂਕ ਯੂ ਸੋ ਮਚ ਬਾਏ ਬਾਏ